ਹੈਲੋ, ਹਾਂਜੀ ਸਰਪੰਚ ਬੋਲ ਰਹੇ ਪਿੰਡ ਬੂਟਗੜ ਤੋਂ। ਹਾਂ ਸਰਪੰਚ ਸਾਹਿਬ। ਅੱਛਾ ਜੀ, ਆਪਣੇ ਟੱਕ ਬਹੁਤ ਚੱਲ ਰਿਹਾ ਜੀ ਇੱਧਰ। ਕਿੱਥੇ? ਬੂਥਗੜ ਕਲੋਨੀ। ਹੈਂ? ਹਾਂਜੀ, ਬੂਥਗੜ ਕਿਹਦਾ ਚੱਲਦਾ ਟੱਕ? ਪਤਾ ਨਹੀਂ ਕਿਹਦਾ ਚੱਲਦਾ, ਚਲਾ ਰਿਹਾ। ਇੱਥੇ 3-4 ਟਰਾਲੀਆਂ ਨਿਕਲ ਕੇ ਗਈਆਂ ਜੀ ਹੁਣ। ਨਹੀਂ ਨਹੀਂ ਕਿਹਦਾ ਚੱਲਦਾ ਦੱਸੋ ਮੈਨੂੰ। ਮੈਨੂੰ ਕੀ ਪਤਾ ਜੀ ਹੁਣ ਕਿਹਦਾ ਚੱਲਦਾ ਹੋਊਗਾ ਇੱਥੇ, ਕਿਹੜਾ ਇੱਕ ਚਲਾਣ। ਤੈਨੂੰ ਨਹੀਂ ਪਤਾ, ਹੋਰ ਕਿਹਨੂੰ ਪਤਾ? ਫਿਰ ਮੈਨੂੰ ਫੋਨ ਤਾਂ ਹੀ ਕੀਤਾ ਤੂੰ। ਤੂੰ ਵਾਲਾ ਮਤਲਬ ਕੀ ਹੋ ਗਿਆ ਜੀ? ਨਹੀਂ 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 ਤੂੰ ਵਾਲਾ ਮਤਲਬ ਦੱਸੋ ਪਹਿਲਾਂ ਕੀ ਹੋ ਗਿਆ। ਤੂੰ ਕੀ ਚੀਜ਼ ਆ ਮੇਰੇ ਮੂਹਰੇ? ਕੋਈ ਤੂੰ ਚੀਜ਼ ਕੀ ਆ ਓਏ? ਅੱਛਾ ਜੀ, ਤੇਰੀ ਜੁੱਟ ਕਿਵੇਂ ਪੈ ਗਈ ਮੈਨੂੰ ਫੋਨ ਰਾਤ ਨੂੰ ਕਰਨ ਦੀ? ਠੀਕ ਆ ਜੀ, ਤੂੰ ਹੈ ਕੀ ਚੀਜ਼? ਅੱਛਾ ਜੀ, ਹੈ ਹੋਰ ਦੱਸੋ। ਤੂੰ ਸੁਣਾ, ਤੈਨੂੰ ਮੈਂ ਹੁਣੇ ਮਿਲਦਾ, ਮੈਂ ਤੇਰੀ ਰਾਬਟ ਲਿਖਦਾ, ਤੇਰੇ ਤੇ ਪਰਚਾ ਦਰਜ ਕਰਦਾ ਮੈਂ। ਠੀਕ ਆ ਜੀ, ਹੋਰ ਦੱਸਿਓ। ਨਹੀਂ ਨਹੀਂ ਤੈਨੂੰ ਮੈਂ ਦੱਸਦਾ, ਤੇਰੀ ਜੁੱਤ ਕਿਵੇਂ ਪੈ ਗਈ ਮੈਨੂੰ ਪੁੱਠਾ ਬੋਲਣ ਦੀ? ਮੈਂ ਤੁਹਾਨੂੰ ਕੀ ਤੇਰੇ ਤੇ ਪਰਚਾ ਦਰਜ ਕਰਕੇ ਤੈਨੂੰ ਤੜਕੇ ਮੈਂ ਮਿਲਦਾ। ਅੱਛਾ ਜੀ, ਹਾਂ ਤੈਨੂੰ ਤੜਕੇ ਮੈਂ ਚੱਕ ਕੇ ਲਿਜਾਊ, ਤੂੰ ਹੈ ਕੀ ਚੀਜ਼ ਓਏ? ਤੂੰ ਦਾਰੂ ਪੀ ਕੇ ਮੇਰੇ ਤੇ ਖਰੀ ਕਰਦਾ? ਮੈਂ ਤਾਂ ਕਿਉਂ, ਮੈਂ ਤੁਹਾਨੂੰ। ਨਹੀਂ ਨਹੀਂ ਦਾਰੂ ਪੀ ਕੇ ਖਰੀ ਕਰਦਾ ਮੈਂ ਤੈਨੂੰ, ਤੈਨੂੰ ਹੁਣੇ ਨੀ ਜਾਣਾ ਚੱਕ ਕੇ। ਅੱਛਾ ਜੀ, ਤੂੰ ਹੈ ਕਿੱਥੇ ਮੈਨੂੰ ਦੱਸ। ਮੈਂ ਤਾਂ ਘਰੇ ਆ, ਮੈਂ ਕਿੱਥੇ ਆ? ਤੂੰ ਗੱਲ ਸੁਣ, ਤੇਰੀ ਜੁੱਤ ਕਿਵੇਂ ਪੈ ਗਈ ਮੈਨੂੰ ਰਾਤ ਨੂੰ ਪੁੱਠਾ ਬੋਲ ਰਹੀ? ਨੀ ਮੈਂ ਤੁਹਾਨੂੰ ਬੋਲਿਆ ਗੀ। ਕੌਣ? ਤੂੰ ਬੋਲ, ਮੈਂ ਤੈਨੂੰ ਹੁਣੇ ਲਿਜਾਣਾ ਚਾਹ। ਨਹੀਂ ਮੈਂ ਨੀ ਕੁਛ ਬੋਲਿਆ, ਮੈਂ ਤਾਂ ਦੱਸਿਆ ਵੀ ਨਹੀਂ ਆਇਆ, ਮੈਨੇ ਗੋਰੀ ਆ ਮੇਰੇ ਪਿੰਡ ਚ। ਚੱਕਰ ਆ ਗਿਆ ਤੈਨੂੰ, ਮੈਂ ਹੁਣੇ ਚੱਕ ਕੇ ਜਾਣਾ। ਆਜੋ ਆਜੋ, ਮੈਂ ਕਿਹਾ ਨਹੀਂ ਆਇਆ, ਮੈਨੇ ਗੋਰੀ ਆ ਮੇਰੇ ਪਿੰਡ ਚ। ਤੇਰੇ ਪਿੰਡ ਚ ਤੂੰ ਐਸਐਚ ਓ ਲੱਗਿਆ ਇੱਥੇ? ਨਹੀਂ, ਐਸਐਚ ਓ ਤੁਸੀਂ ਲੱਗੇ ਹੋ ਜੀ? ਹਾਂ ਹਾਂ, ਮੈਂ ਨੀ ਐਸਐਚ ਓ, ਮੈਂ ਪਿੰਡ ਦਾ ਸਰਪੰਚ ਆ। ਤੂੰ ਮੇਰੇ ਪਿੰਡ ਚ ਨਹੀਂ ਆਇਆ, ਮੈਨੇ ਗੋਰੀ ਆ ਟਰਾਲੀਆਂ ਨਿਕਲ ਰਹੀਆਂ, ਟਿੱਪਰ ਨਿਕਲ ਕੇ ਗਏ ਆ, ਵੀਡੀਓ ਮੈਂ ਬਣਾਈ ਹੋਈ ਆ। ਹਰੇਕ ਦਾ ਫਰਜ਼ ਬਣਦਾ ਤੁਹਾਨੂੰ ਦੱਸਣਾ, ਤੁਹਾਨੂੰ ਫੋਨ ਕਰਨਾ, ਨੰਬਰ ਤੁਹਾਡੇ ਕੋਲ ਸਰਕਾਰੀ ਆ ਨਾ ਕਿ ਨੰਬਰ ਤੇ ਫੋਨ ਕਰ ਰਿਹਾ, ਮੈਂ ਸਰਕਾਰੀ ਨੰਬਰ ਤੇ ਫੋਨ ਕਰ ਰਿਹਾ ਤੁਹਾਨੂੰ। ਮੇਰਾ ਨਾਮ ਸੋਨੀ, ਸਰਪੰਚ ਪਿੰਡ ਬੂਥਗੜ੍ਹ। ਤੇਰੀ ਮੈਂ ਨਾ ਗੱਲ ਸੁਣਦਾ, ਮੈਂ ਜੋ ਜੋ ਦੱਸਣਾ ਦੱਸੀ ਚੱਲੋ ਮੈਨੂੰ। ਤੂੰ ਗੱਲ ਸੁਣ, ਜੋ ਦੱਸਣਾ ਜੋ ਦੱਸਣਾ ਦੱਸੀ ਚੱਲੋ, ਹੁਣੇ ਦੱਸੀ ਚੱਲੋ। ਐਟ ਏ ਟਾਈਮ ਜੋ ਵੀ ਮੈਂ ਕਰ ਰਿਹਾ ਨਾ ਰਿਕਾਰਡਿੰਗ, ਇਸ ਟਾਈਮ ਸੀ ਐਮ ਸਾਹਿਬ ਨੂੰ ਪਾਊਂਗਾ ਮੈਂ ਵੀ ਮੈਨੂੰ ਆਹ ਧਮਕੀ ਆ ਰਹੀ ਹੈ। ਸੀਐਮ ਸਾਹਿਬ ਸਾਡੀ ਹੈ, ਸੀਐਮ ਸਾਹਿਬ ਤੁਹਾਡੇ ਦਾ ਹੈ, ਸਾਡੇ ਵੀ ਆ। ਤੁਸੀਂ ਜੋ ਕਹਿਣਾ ਮੈਨੂੰ ਕਹੀ ਚੱਲੋ, ਮੈਂ ਇਸੇ ਟਾਈਮ ਆ ਨਾ ਤੁਹਾਡੀ, ਮੈਂ ਰਿਕਾਰਡਿੰਗ ਕਰ ਰਿਹਾ ਤੁਹਾਡੀ, ਮੈਂ ਰਿਕਾਰਡਿੰਗ ਹੁਣੇ ਸੀਐਮ ਸਾਹਿਬ ਨੂੰ ਪਾਊਂਗਾ। ਮੈਂ ਕਰ ਲਈ, ਮੈਂ ਤੁਹਾਡੀ ਹੁਣੇ ਸੀਐਮ ਸਾਹਿਬ ਨੂੰ ਪਾਊਂਗਾ ਮੈਂ ਸਾਰੀ ਸੀਐਮ ਸਾਹਿਬ ਨੂੰ ਪਾਊਂਗਾ। ਸੋਨੀ, ਸਰਪੰਚ ਪਿੰਡ ਬੂਥਗੜ੍ਹ ਮੈਨੂੰ ਸਰਪੰਚ ਬਣਾਇਆ ਹੋਇਆ ਅੰਕਿਤ ਬਾਂਸਲ ਨੂੰ ਪਾਉਣਾ, ਉਸ ਤੋਂ ਬਾਅਦ ਸਾਰੇ ਨੂੰ ਕਰਦਾ ਵੀ ਤੁਸੀਂ ਨਜਾਇਜ਼ ਮੈਰਿਜ ਨੂੰ ਬੰਦ ਕਰ ਰਹੇ ਆ, ਵੀ ਇਹੋ ਜਿਹੇ ਅਫਸਰ ਤੁਹਾਨੂੰ ਧਮਕੀਆਂ ਦਿੰਦੇ ਆ ਵੀ ਇੱਥੇ ਨਜਾਇਜ਼ ਮੈਰਿਜ ਤੁਸੀਂ ਕਿੱਦਾਂ ਫੋਨ ਕਰ ਰਹੇ ਹੋ ਤੁਹਾਨੂੰ। ਮੈਂ ਤੂੰ ਕਰੀ, ਮੈਂ ਤੂੰ ਕਰਦਾ। ਕੌਣ ਕਰਦਾ? ਤੂੰ ਕਰਦਾ ਸਾਬਤ ਕਰ।
ਤੇਰੀ ਮੈਂ ਕਹਿੰਦਾ ਜੀ ਹੁਣ ਮੈਂ ਇੱਕ ਮਿੰਟ ਫੋਨ ਕੱਟੋ ਹੁਣੇ ਮੈਂ ਤੁਹਾਨੂੰ ਹੁਣੇ ਫੋਨ ਆਉਂਦਾ ਹੁਣੇ ਮੈਂ ਰਿਕਾਰਡਿੰਗ ਉੱਧਰ ਪਾਉਣਾ ਤੂੰ ਫੋਨ ਕੱਟ।